ਗੁਰੈਨ ਨਜ਼ਦੀਕ ਬਲਾਕ ਰੁੜਕਾ ਕਲਾਂ ਵਿਖੇ ਹਲਕਾ ਫਿਲੌਰ ਦੇ ਵਿਧਾਇਕ ਅਵਿਨਾਸ਼ ਚੰਦਰ ਵੱਲੋਂ ਬਲਾਕ ਅਧੀਨ ਆਉਂਦੀਆਂ ਵੱਖ ਵੱਖ ਪੰਚਾਇਤਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਅਵਿਨਾਸ਼ ਚੰਦਰ ਨੇ ਜਿੱਥੇ ਪੰਚਾਇਤ ਮੈਂਬਰਾਂ ਤੋਂ ਪਿਛਲੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ, ਉੱਥੇ ਉਹਨਾਂ ਪਿੰਡ ਵਿੱਚ ਹੋਣ ਵਾਲੇ ਹੋਰ ਵਿਕਾਸ ਕਾਰਜਾਂ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਅਵਿਨਾਸ਼ ਚੰਦਰ ਨੇ ਕਿਹਾ ਕਿ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਉਪਲਬਧ ਕਰਵਾਉਣ ਲਈ ਸਰਕਾਰ ਵਚਨਬੱਧ ਹੈ। ਬੀਡੀਪੀਓ ਦਫ਼ਤਰ ਰੁੜਕਾ ਕਲਾਂ ਵਿਖੇ ਹਲਕਾ ਫਿਲੌਰ ਦੇ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ ਵੱਲੋਂ ਬਲਾਕ ਅਧੀਨ ਆਉਂਦੇ 20 ਪਿੰਡਾਂ ਦੀਆਂ ਪੰਚਾਇਤਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਅਵਿਨਾਸ਼ ਚੰਦਰ ਨੇ ਪੰਚਾਇਤ ਮੈਂਬਰਾਂ ਤੋਂ ਪਿਛਲੀਆਂ ਦਿੱਤੀਆਂ ਗ੍ਰਾਂਟਾਂ ਦਾ ਹਿਸਾਬ ਕਿਤਾਬ ਲਿਆ, ਜਦਕਿ ਪੰਚਾਇਤ ਮੈਂਬਰਾਂ ਤੋਂ ਪਿੰਡਾਂ ਵਿੱਚ ਹੋਰ ਹੋਣ ਵਾਲੇ ਵਿਕਾਸ ਕਾਰਜਾਂ ਦਾ ਵੀ ਵੇਰਵਾ ਲਿਆ। ਉਹਨਾਂ ਪੰਚਾਇਤ ਮੈਂਬਰਾਂ ਨੂੰ ਵਿਸ਼ਵਾਸ ਦਵਾਇਆ ਕਿ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਸਰਕਾਰ ਵੱਲੋਂ ਗ੍ਰਾਂਟ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਥਰਡ ਆਈ ਦੀ ਟੀਮ ਨਾਲ ਗੱਲਬਾਤ ਦੌਰਾਨ ਅਵਿਨਾਸ਼ ਚੰਦਰ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਹਲਕੇ ਦੇ ਵਿਕਾਸ ਕਾਰਜ ਜੰਗੀ ਪੱਧਰ ਤੇ ਜਾਰੀ ਰਹਿਣਗੇ ਤੇ ਅਕਾਲੀ ਭਾਜਪਾ ਗੱਠਜੋੜ ਸਰਕਾਰ ਪੰਜਾਬ ਦੇ ਲੋਕਾਂ ਦੀ ਇਸੇ ਤਰ੍ਹਾਂ ਸੇਵਾ ਕਰਦੀ ਰਹੇਗੀ। ਬਲਾਕ ਰੁੜਕੇ ਦੇ ਵਿੱਚ ਅੱਜ ਤਕਰੀਬਨ 20 ਪੰਚਾਇਤਾਂ ਦੇ ਨਾਲ ਬੈਠ ਕੇ ਪੁਰਾਣਾ ਜਿਹੜੇ ਡਿਵੈਲਪਮੈਂਟ ਦੇ ਪੈਸੇ ਆਏ ਸੀ ਉਹਨਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਕਿੰਨੀਆਂ ਗ੍ਰਾਂਟਾਂ ਲੱਗੀਆਂ, ਕਿੰਨੀਆਂ ਦੇ ਯੂਟੀਲਿਟੀ ਸਰਟੀਫਿਕੇਟ ਕਲੀਅਰ ਹੋਏ ਅਤੇ ਤਕਰੀਬਨ 90% ਪੈਸਾ ਜਿਹੜਾ ਪੰਚਾਇਤਾਂ ਖਰਚ ਚੁੱਕੀਆਂ ਅਤੇ ਉਹਨਾਂ ਦੇ ਕੋਲ ਜਿਹੜੀ ਅਗਲੀ ਡਿਮਾਂਡ ਆ ਸਾਰੀ ਮੰਗ ਕੀਤੀ ਹੈ। ਰੁੜਕਾ ਬਲੋਕ ਦੇ 36 ਦੇ 36 ਪਿੰਡ ਜਿਹੜੇ ਉਹਨਾਂ ਦੀ ਅਸੀਂ ਜਿਹੜੀ ਰਿਕੁਆਇਰਮੈਂਟ ਆ ਉਹ ਸਾਰੀ ਲਈ ਆ ਔਰ ਆਉਣ ਵਾਲੇ ਟਾਈਮ ਵਿੱਚ ਉਹ ਸਾਰੀ ਪੂਰੀ ਕਰ ਦਿੰਦੇ ਹਾਂ। ਸੋ ਪਬਲਿਕ ਨਾਲ ਸਾਰਿਆਂ ਨਾਲ ਮਿਲੇ ਹਾਂ, ਤਕਰੀਬਨ ਸਾਰੇ ਲੋਕ ਖੁਸ਼ ਹੈਗੇ ਸਰਕਾਰ ਤੋਂ। ਆਉਣ ਵਾਲੇ ਟਾਈਮ ਦੇ ਵਿੱਚ ਇੱਦਾਂ ਹੀ ਜਿਹੜਾ ਹੈਗਾ ਡਿਵੈਲਪਮੈਂਟ ਦੇ ਕੰਮ ਜਾਰੀ ਰਹਿਣਗੇ ਵੱਡੇ ਪੱਧਰ ਦੇ ਉੱਤੇ ਅਤੇ ਸਾਰੀ ਜਨਤਾ ਦੀ ਸੇਵਾ ਕਰਾਂਗੇ। ਮੀਟਿੰਗ ਦੌਰਾਨ ਸਰਦਾਰ ਅਮਰਜੀਤ ਸਿੰਘ ਸੰਧੂ, ਪਲਵਿੰਦਰ ਸਿੰਘ ਪਿੰਦਾ, ਗੁਰਮੇਲ ਸਿੰਘ ਭੋਲਾ, ਰਾਮ ਸਰਨ ਰੰਧਾਵਾ ਅਤੇ ਹਰਦੀਪ ਤੱਗੜ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਸਰਪੰਚ, ਪੰਚ ਮੌਜੂਦ ਸਨ।